जिला गुरदासपुर के बटाले दे कादी हट्टी का एक इलाका वा जिथे एक बुजुर्ग जोड़ा रहिंदा वा घर दे विच। जदों मेन दरवाजे तो अंदर आईदा उस तो अगे एक ही कमरा वा, उस कमरे दे विच एंटर करदिआं ही तुसीं छत दीआं तस्वीरां देखिओ है बुजुर्गां दे उत्ते, छत पता नहीं कदों डिगनी है, अज दी रात कल दी रात किस तरह दिन कट कट के रातां अपनियां कटदे होणगे। बरसात दा मौसम आ कि किस तरह इस छत दे थले ਸੌਣ ਨੂੰ ਤੇ ਰਹਿਣ ਨੂੰ ਮਜਬੂਰ ਆ। ਕੋਈ ਪਤਾ ਨਹੀਂ ਅੱਜ ਅਸੀਂ ਸੋਣਾ, ਸਵੇਰੇ ਅਸੀਂ ਉੱਠਣਾ ਕਿ ਨਹੀਂ ਉੱਠਣਾ, ਇਹ ਤੇ ਹੁਣ ਉਸ ਮਾਲਕ ਨੂੰ ਹੀ ਪਤਾ, ਬਸ ਹੋਰ ਕਿਸੇ ਨੂੰ ਨਹੀਂ, ਮੈਨੂੰ ਵੀ ਨਹੀਂ ਪਤਾ। ਇਹ ਪਾਣੀ ਘੱਟੋ ਘੱਟ ਇੱਥੋਂ ਮਾਤਾ ਨੇ ਦੱਸਿਆ ਸੀ ਕਿ ਅਸੀਂ ਤਿੰਨ ਗਲੀਆਂ ਛੱਡ ਕੇ ਤੇ ਚੌਂਕ 'ਚੋਂ ਜਾ ਕੇ ਪਾਣੀ ਲੈ ਕੇ ਆਉਂਦੇ ਹਾਂ। ਉਸ ਪਾਣੀ ਦੀ ਮੈਂ ਇੱਕ ਵਾਰੀ ਤਸਵੀਰ ਸਾਂਝੀ ਕਰਾਂਗਾ। ਦੇਖੋ ਪਾਣੀ ਦੇ ਵਿੱਚ ਕਿਸ ਤਰ੍ਹਾਂ ਗੰਡੋਏ ਚੱਲ ਰਹੇ ਨੇ, ਇਹੋ ਹੀ ਪਾਣੀ, ਇਹੋ ਹੀ ਪਾਣੀ ਮਾਤਾ ਪੀਣਾ ਵਾ। ਬਹੁਤ ਦੁੱਖ ਸਹੇ ਨੇ, ਹੁਣ ਦੁੱਖ ਸਹਿਣ ਦੀ ਕੋਈ ਹਿੰਮਤ ਨਹੀਂ ਹੈਗੀ। ਇੱਕ ਬੇਟਾ ਦਿੱਤਾ ਸੀ, ਉਹ ਵੀ 4 ਮਹੀਨੇ ਬਾਅਦ ਤਿਆ ਗਿਆ, 28 ਸਾਲ ਹੋ ਗਏ ਨੇ ਉਹਨੂੰ ਗਏ ਨੂੰ। ਪਰਮਾਤਮਾ ਨੇ ਸਾਨੂੰ ਰੱਖਿਆ ਸੀ ਉਸੇ ਰਜਾ ਵਿੱਚ ਹੀ ਰਹਿਣਾ, ਉਹਦੇ ਵਿੱਚ ਹੀ ਟਾਈਮ ਪਾਸ ਕਰ। ਜਦੋਂ ਮੈਨੂੰ ਬੱਚੇ ਮਿਲਾਉਂਦੇ ਨੇ ਮੈਂ ਕਹਿੰਦੀ ਹਾਂ ਇਹ ਮੇਰਾ ਬੇਟਾ ਹੈ। ਤੁਸੀਂ ਜੁੜੇ ਹੋ ਰੰਗਲਾ ਟੀਵੀ ਨਾਲ, ਮੈਂ ਹਾਂ ਜਤਿੰਦਰ ਕੁੰਡਲ। ਪਹੁੰਚੇ ਹਾਂ ਅਸੀਂ ਇੱਕ ਅਜਿਹੇ ਘਰ ਦੇ ਵਿੱਚ ਕਿ ਤੁਸੀਂ ਜਦੋਂ ਉਸ ਘਰ ਦੀਆਂ ਤਸਵੀਰਾਂ ਦੇਖੋਗੇ ਨਾ ਸ਼ਾਇਦ ਫੈਸਲਾ ਵੀ ਕਰਨਾ ਤੁਹਾਡੇ ਵਾਸਤੇ ਔਖਾ ਹੋ ਜਾਏਗਾ। ਅੱਜ ਉਸ ਘਰ 'ਚ ਪਹੁੰਚੇ ਹਾਂ, ਸ਼ਾਇਦ ਫੈਸਲਾ ਕਰਨਾ ਦਰਸ਼ਕਾਂ ਵਾਸਤੇ ਔਖਾ ਹੋ ਜਾਏਗਾ ਕਿ ਕਿਹੜੇ ਘਰ ਦੇ ਵਿੱਚ ਆ ਗਏ ਨੇ, ਕਿਉਂਕਿ ਉਸ ਘਰ ਦੀ ਦਾਸਤਾਨ ਹੀ ਇੱਕ ਅਜਿਹੀ ਦਾਸਤਾਨ ਆ ਕਿ ਜਦੋਂ ਸੁਣਦੇ ਆ ਨਾ ਆਪਣੇ ਆਪ ਲੂ ਕੰਢੇ ਖੜ੍ਹੇ ਹੋ ਜਾਂਦੇ ਆ। ਇੱਕ ਵਾਰੀ ਉਸ ਮਾਤਾ ਦੀਆਂ ਜਦੋਂ ਗੱਲਾਂ ਸੁਣੀਆਂ ਲੂ ਕੰਢੇ ਖੜ੍ਹੇ ਹੋ ਗਏ ਸਾਡੇ। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲੇ ਦੇ ਕਾਦੀ ਹੱਟੀ ਦਾ ਇੱਕ ਇਲਾਕਾ ਵਾ ਜਿੱਥੇ ਇੱਕ ਬਜ਼ੁਰਗ ਜੋੜਾ ਰਹਿੰਦਾ ਵਾ ਘਰ ਦੇ ਵਿੱਚ। ਘਰ ਵਾਲਾ ਪਹਿਲਾਂ ਆਪਣੀ ਘਰਵਾਲੀ ਦਾ ਅਤੇ ਆਪਣਾ ਢਿੱਡ ਭਰਦਾ ਸੀ ਚਨੇ ਭਟੂਰਿਆਂ ਦੀ ਰੇਹੜੀ ਲਾ ਕੇ, ਪਰ ਪਰਮਾਤਮਾ ਨੇ ਅਜਿਹਾ ਕਹਿਰ ਉਸ ਪਰਿਵਾਰ ਦੇ ਉੱਤੇ ਕੀਤਾ, ਉਸ ਬੰਦੇ ਦੇ ਉੱਤੇ ਕੀਤਾ ਕਿ ਉਹ ਬੰਦੇ ਦੀ ਅੱਖਾਂ ਦੀ ਰੋਸ਼ਨੀ ਪਿੱਛੋਂ ਲਾਈਟ ਬੰਦ ਹੋ ਗਈ ਅਤੇ ਲਾਈਟ ਅੱਖਾਂ ਤੋਂ ਵੀ ਵੇਖਣਾ ਘੱਟ ਗਿਆ ਅਤੇ ਉਹ ਮਜਬੂਰ ਹੋ ਕੇ ਉਸਦੀ ਘਰ ਦੀ ਨੂੰ ਕਿਸੇ ਸਕੂਲ ਦੇ ਵਿੱਚ ਕੰਮ ਕਰਨਾ ਪਿਆ ਕਿ ਚਲੋ ਸਕੂਲ ਦੇ ਵਿੱਚ ਕੰਮ ਕਰਕੇ ਜਿਹੜਾ 2000 ਰੁਪਈਆ ਉੱਥੋਂ ਮਿਲਦਾ ਮਿਹਨਤਾਨਾ, ਉਹ 2000 ਦੇ ਨਾਲ ਦੋਨੇ ਜੀ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ। ਇੱਕ ਪਤੀ ਅੱਖਾਂ ਤੋਂ ਦੇਖਣ ਤੋਂ ਅਸਮਰੱਥ ਆ, ਸੁਣਨ ਤੋਂ ਅਸਮਰੱਥ ਆ। ਉਸ ਘਰ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿੰਦਾ, ਇਹ ਪਾਣੀ ਦੇਖਿਓ ਇਹਨਾਂ ਦੇ ਘਰ ਦਾ। ਇਹ ਪਾਣੀ ਘੱਟੋ ਘੱਟ ਇੱਥੋਂ ਮਾਤਾ ਨੇ ਦੱਸਿਆ ਸੀ ਕਿ ਅਸੀਂ ਤਿੰਨ ਗਲੀਆਂ ਛੱਡ ਕੇ ਅਤੇ ਚੌਂਕ 'ਚੋਂ ਜਾ ਕੇ ਪਾਣੀ ਲੈ ਕੇ ਆਉਂਦੇ ਹਾਂ। ਉਸ ਪਾਣੀ ਦੀ ਮੈਂ ਇੱਕ ਵਾਰੀ ਤਸਵੀਰ ਸਾਂਝੀ ਕਰਾਂਗਾ। ਦੇਖੋ ਪਾਣੀ ਦੇ ਵਿੱਚ ਕਿਸ ਤਰ੍ਹਾਂ ਗੰਡੋਏ ਚੱਲ ਰਹੇ ਨੇ, ਇਹੋ ਹੀ ਪਾਣੀ ਮਾਤਾ ਪੀਣਾ ਵਾ। ਬਜ਼ੁਰਗਾਂ ਦੇ ਇਹ ਹਾਲਾਤ ਨੇ ਬਣੇ ਨੇ ਕਿ ਇਸੇ ਪਾਣੀ ਨੂੰ ਇਹਨਾਂ ਨੇ ਪੀਣਾ ਵਾ, ਇਸੇ ਪਾਣੀ ਨਾਲ ਇਹਨਾਂ ਨੇ ਰੋਟੀ ਬਣਾਉਣੀ ਹੈ। ਸਵੇਰ ਦਾ ਲਿਆ ਕੇ ਆਪਣੇ ਘਰ ਦੇ ਵਿੱਚ ਰੱਖਿਆ ਵਾ ਕਿ ਰਾਤੀ ਇਹੋ ਹੀ ਪਾਣੀ ਵਰਤਣਾ ਵਾ। ਤੁਸੀਂ ਦੇਖੋ ਪਾਣੀ ਦੇ ਵਿੱਚ ਕਿਸ ਤਰ੍ਹਾਂ ਗੰਡੋਏ ਚੱਲ ਰਹੇ ਨੇ। ਲੂੰ ਕੰਢੇ ਖੜ੍ਹੇ ਕਰ ਦਿੱਤੇ ਇਸ ਤਸਵੀਰ ਨੇ ਸਾਡੀ ਕਿ ਇੰਨਾ ਕੁ ਸਾਨੂੰ ਵੀ ਭਾਵੁਕ ਕਰਨ 'ਤੇ ਮਜਬੂਰ ਕਰ ਦਿੱਤਾ ਜਦੋਂ ਤਸਵੀਰਾਂ ਦੇਖੀਆਂ ਕਿ ਬਜ਼ੁਰਗਾਂ ਦੇ ਕੀ ਹਾਲਾਤ ਨੇ। ਪਾਣੀ ਛੋਟੇ ਛੋਟੇ ਕਟੋਰੀਆਂ 'ਚ ਪਾਣੀ ਰੱਖਿਆ ਵਾ, ਘਰ ਦਾ ਨਲਕਾ ਦੇਖੋ, ਇਸ ਨਲਕੇ ਨੂੰ ਪਾਣੀ ਉੱਥੇ ਦੇਖਿਓ, ਨਲਕੇ ਨੂੰ ਚੱਲਿਆਂ ਵੀ ਮੇਰੇ ਹਿਸਾਬ ਨਾਲ ਪਤਾ ਨਹੀਂ 2 ਮਹੀਨੇ 2.5 ਮਹੀਨੇ ਹੋ ਗਏ, ਖਰਾਬ ਹੋ ਗਿਆ ਵਾ। ਇਹ ਵੀ ਅਸਮਰੱਥ ਨੇ ਕਿ ਅਸੀਂ ਨਲਕਾ ਹੀ ਆਪਣਾ ਠੀਕ ਕਰ ਲਏ ਅਤੇ ਜੇਕਰ ਅਸੀਂ ਘਰ ਦੇ ਅੰਦਰ ਚਲੇ ਜਾਂਦੇ ਹਾਂ
ਜਦੋਂ ਮੇਨ ਦਰਵਾਜ਼ੇ ਤੋਂ ਅੰਦਰ ਆਈਦਾ, ਉਸ ਤੋਂ ਅੱਗੇ ਇੱਕ ਹੀ ਕਮਰਾ ਵਾ। ਉਸ ਕਮਰੇ ਦੇ ਵਿੱਚ ਐਂਟਰ ਕਰਦਿਆਂ ਹੀ ਤੁਸੀਂ ਛੱਤ ਦੀਆਂ ਤਸਵੀਰਾਂ ਦੇਖਿਓ ਆ ਬਜ਼ੁਰਗਾਂ ਦੇ ਉੱਤੇ। ਛੱਤ ਪਤਾ ਨਹੀਂ ਕਦੋਂ ਡਿੱਗਣੀ ਹੈ, ਅੱਜ ਦੀ ਰਾਤ, ਕੱਲ੍ਹ ਦੀ ਰਾਤ, ਕਿਸ ਤਰ੍ਹਾਂ ਦਿਨ ਕੱਟ ਕੱਟ ਕੇ ਰਾਤਾਂ ਆਪਣੀਆਂ ਕੱਟਦੇ ਹੋਣਗੇ। ਬਰਸਾਤ ਦਾ ਮੌਸਮ ਆ ਕਿ ਕਿਸ ਤਰ੍ਹਾਂ ਇਸ ਛੱਤ ਦੇ ਥੱਲੇ ਸੌਣ ਨੂੰ ਅਤੇ ਰਹਿਣ ਨੂੰ ਮਜਬੂਰ ਆ। ਅਸਮਰਥ ਆ, ਹਰ ਪੱਖੋਂ ਅਸਮਰਥ ਆ। ਜੇਕਰ ਔਲਾਦ ਪੱਖੋਂ ਗੱਲ ਕਰੀਏ, ਮਾਤਾ ਨੇ ਦੱਸਿਆ ਸੀ ਕਿ ਇੱਕ ਬੇਟਾ ਹੋਇਆ ਸੀ ਮੇਰੇ ਘਰ, ਪਰ 4 ਮਹੀਨੇ ਬਾਅਦ ਉਹਦੀ ਡੈਥ ਹੋ ਜਾਂਦੀ ਹੈ। 4 ਮਹੀਨੇ ਬਾਅਦ ਉਸ ਬੱਚੇ ਦੀ ਡੈਥ ਹੋ ਜਾਂਦੀ ਆ। ਜੇਕਰ ਉਹ ਬੱਚਾ ਅੱਜ ਦੇ ਕੋਲ ਹੁੰਦਾ ਤਾਂ ਅੱਜ ਇਹਨਾਂ ਦਾ ਸਹਾਰਾ ਬਣਿਆ ਹੋਣਾ ਸੀ, ਪਰ ਪਰਮਾਤਮਾ ਨੂੰ ਨਹੀਂ ਸੀ ਮਨਜ਼ੂਰ ਕਿ ਇਹਨਾਂ ਦਾ ਕੋਈ ਸਹਾਰਾ ਬਣੇ। ਪਰਮਾਤਮਾ ਨੂੰ ਨਹੀਂ ਸੀ ਮਨਜ਼ੂਰ ਕਿ ਇਹਨਾਂ ਦਾ ਕੋਈ ਸਹਾਰਾ ਬਣੇ। ਅੱਜ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਆ। ਬੱਚਿਆਂ ਦੇ ਸਕੂਲ 'ਚ ਲੱਗੇ ਨੇ ਕਿ ਘੱਟੋ ਘੱਟ ਆਪਣਾ ਬੱਚਾ ਨਹੀਂ ਹੈਗਾ, ਲੋਕਾਂ ਦੇ ਬੱਚੇ ਦੇਖ ਕੇ ਜਿਹੜੇ ਉੱਥੇ ਬੱਚੇ ਸਕੂਲ ਪੜ੍ਹਦੇ ਨੇ ਉਹਨਾਂ ਦੀ ਸਾਂਭ ਸੰਭਾਲ ਕਰਕੇ ਆਪਣਾ ਦਿਲ ਖੁਸ਼ ਕਰਦੇ ਨੇ, ਦਿਲ ਪਰਚਾਉਂਦੇ ਨੇ। ਬੱਚੇ ਦੀ ਚਾਹ ਤਾਂ ਹੁੰਦੀ ਹੈ, ਪਰ ਪਰਮਾਤਮਾ ਨੇ ਨਹੀਂ ਬਖਸ਼ਿਆ। ਪਰ ਫਿਰ ਵੀ ਉਸਨੇ ਉਸ ਚਾਹ ਨੂੰ ਖਤਮ ਨਹੀਂ ਹੋਣ ਦਿੱਤਾ। ਉਹ ਸਕੂਲ ਦੇ ਵਿੱਚ ਨੌਕਰੀ ਕੀਤੀ ਅਤੇ ਉੱਥੇ ਬੱਚਿਆਂ ਨਾਲ ਖੇਡ ਕੇ ਸਾਰਾ ਦਿਨ ਆਪਣਾ ਦਿਲ ਪਰਚਾਉਂਦੇ ਆ ਅਤੇ ਸ਼ਾਮ ਨੂੰ ਘਰ ਆਉਂਦੇ ਆ। ਗੱਲਬਾਤ ਕਰਦੇ ਆ ਉਸ ਮਾਤਾ ਨਾਲ, ਉਸ ਦੁਖਿਆਰੀ ਮਾਂ ਨਾਲ, ਕਿ ਕਿੰਨੇ ਕੁ ਤਸੀਹੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਹੇ ਆ ਅਤੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਇਹਨਾਂ ਦੇ। ਬਹੁਤ ਦੁੱਖ ਸਹੇ ਨੇ, ਹੁਣ ਦੁੱਖ ਸਹਿਣ ਦੀ ਕੋਈ ਹਿੰਮਤ ਨਹੀਂ ਹੈਗੀ। ਇੱਕ ਬੇਟਾ ਦਿੱਤਾ ਸੀ, ਉਹ ਵੀ 4 ਮਹੀਨੇ ਬਾਅਦ ਦਿਆ ਗਿਆ। 28 ਸਾਲ ਹੋ ਗਏ ਨੇ ਉਹਨੂੰ ਕਿਸੇ ਨੂੰ ਵੀ ਕੰਮ ਕਰਦੇ ਸੀ, ਅਤੇ ਉਸ ਤੋਂ ਬਾਅਦ ਇਹਨਾਂ ਦੀ ਨਜ਼ਰ ਵੀ ਚਲੀ ਗਈ, ਅੱਖਾਂ ਤੋਂ ਵੀ ਕੰਨਾਂ ਤੋਂ ਸੁਣਨਾ ਬੰਦ ਹੋ ਗਿਆ ਅਤੇ ਮੈਨੂੰ ਹਾਰ ਕੇ ਬਾਹਰ ਨਿਕਲਣਾ ਪਿਆ। ਜਿਹੜਾ ਮੈਂ 2500 ਦੇ ਵਿੱਚ ਮੈਂ ਗੁਜ਼ਾਰਾ ਕਰਨੀ ਆ, ਬੜੀ ਮੁਸ਼ਕਿਲ, ਬੜੀ ਮੁਸ਼ਕਿਲ। ਇੱਕ ਤਾਂ ਬਿੱਲ ਇੰਨੇ ਬਿੱਲ ਬੜੇ ਆਉਂਦੇ ਆ, ਕੀ ਕਰਾਂ, ਇਹ ਮੈਂ ਜਾਣਦੀ ਹਾਂ, ਉਹ ਪਰਮਾਤਮਾ ਜਾਣਦਾ। ਬਸ ਇਸ ਤੋਂ ਅੱਗੇ ਮੈਂ ਹੋਰ ਕੁਛ ਨਹੀਂ ਕਹਿਣਾ ਚਾਹੁੰਦੀ। ਮਤਲਬ ਬਿਜਲੀ ਦੇ ਬਿੱਲ ਮਾਫ਼ ਵੀ ਨਹੀਂ ਹੋਇਆ ਤੁਹਾਡਾ? ਨਹੀਂ ਨਹੀਂ ਹੋਇਆ, ਹੋਇਆ ਹੀ ਨਹੀਂ ਬਿੱਲ ਮਾਫ਼। ਜਦੋਂ ਬਜ਼ੁਰਗ ਕੰਮ ਕਰਦੇ ਸੀ, ਤੁਹਾਡੇ ਸਿਰ ਦਾ ਸਾਈਂ ਕੰਮ ਕਰਦਾ ਸੀ, ਜਦੋਂ ਚਨੇ ਭਟੂਰਿਆਂ ਦੀ ਰੇਹੜੀ ਲਾਉਂਦੇ, ਉਦੋਂ ਕਿਸ ਤਰ੍ਹਾਂ ਦਾ ਗੁਜ਼ਾਰਾ ਸੀ ਕਰਦਾ? ਉਦੋਂ ਕੁਛ ਮਹਿੰਗਾਈ ਵੀ ਘੱਟ ਸੀ, ਹੁਣ ਮਹਿੰਗਾਈ ਵੀ ਬਹੁਤ ਜ਼ਿਆਦਾ। ਹੁਣ 100 ਰੁਪਏ ਨਾਲ ਤਾਂ ਕੁਛ ਵੀ ਨਹੀਂ ਬਣਦਾ, ਅਤੇ ਟਾਈਮ ਪਾਸ ਹੋ ਜਾਂਦਾ ਸੀ। ਇਹ ਇਕੱਲੇ ਹੀ ਕਮਾਉਂਦੇ ਸੀ, 2 ਭੈਣਾਂ ਸੀ, 1 ਭਰਾ ਸੀ, ਮਾਂ ਸੀ, ਬਸ ਉਹਦੇ ਵਿੱਚ ਹੀ ਅਸੀਂ ਖੁਸ਼ ਸੀ। ਪਰ ਹੁਣ ਬਹੁਤ ਮੁਸ਼ਕਿਲ ਹੈ। ਕੋਈ ਰਿਸ਼ਤੇਦਾਰ ਅੱਗੇ ਆਇਆ ਹੋਇਆ ਮਦਦ ਵਾਸਤੇ? ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ ਆਇਆ। ਬਸ ਜਦੋਂ ਕੁਛ ਨਹੀਂ ਮਿਲਿਆ ਖਾਣ ਨੂੰ, ਫਿਰ ਮੈਂ ਬਾਹਰ ਗਈ ਹਾਂ, ਕਿਸੇ ਨੂੰ ਕਿਹਾ, ਉਸਨੇ ਮੈਨੂੰ ਸਕੂਲ ਦੇ ਵਿੱਚ ਲਵਾਇਆ। ਉਸ ਤੋਂ ਮੈਂ ਚੱਲ ਰੋਟੀ ਖਾ ਰਹੀ ਹਾਂ, ਜਿਸ ਤਰ੍ਹਾਂ ਵੀ ਹੁੰਦਾ ਹੈ, ਬਸ ਰੋਟੀ ਖਾ ਰਹੀ ਹਾਂ। ਕਿਸੇ ਦੇ ਅੱਗੇ ਮੈਂ ਹੱਥ ਨਹੀਂ ਕੀਤਾ ਕਿ ਮੈਨੂੰ ਦਿਓ, ਮੈਂ ਖਾਣਾ ਹੈ ਬਸ। ਮਾਤਾ, ਜਿਸ ਤਰ੍ਹਾਂ ਹੁਣ ਅਸੀਂ ਪਾਣੀ ਦੇਖਿਆ, ਇੱਕ ਉਹ ਤਸਵੀਰ ਵੀ ਅਸੀਂ ਸਾਂਝੀ ਕੀਤੀ ਆਪਣੇ ਦਰਸ਼ਕਾਂ ਨਾਲ, ਉਸ ਪਾਣੀ ਦੇ ਵਿੱਚ ਗੰਡੋਏ ਚੱਲਦੇ ਪਏ ਆ, ਉਸ ਪਾਣੀ 'ਚ ਗੰਡੋਏ ਚੱਲਦੇ ਪਏ ਆ, ਜਿਸ ਤਰ੍ਹਾਂ ਹੁਣ ਇਹ ਵੀ ਦੇਖਣ ਤੋਂ ਅਸਮਰਥ ਨੇ। ਪਰ ਤੁਸੀਂ ਜਦੋਂ ਰਾਤ ਨੂੰ ਰੋਟੀ ਬਣਾਉਂਦੇ ਹੋ ਤਾਂ ਫਿਰ ਇਹਨਾਂ ਨੂੰ ਦੇਖਦੇ ਹੋ, ਕੱਢਦੇ ਹੋ ਕਿ ਜਾਂ ਇਸ ਤਰ੍ਹਾਂ ਹੀ ਬਣਾ ਦਿੰਦੇ ਹੋ? ਇਹ ਤਾਂ ਮੈਂ ਪਾਣੀ ਅਜੇ ਤੱਕ ਵਰਤਿਆ ਨਹੀਂ, ਭਰਿਆ ਸੀ, ਅਤੇ ਉਹ ਜਿਹੜਾ ਬਾਕੀ ਦਾ ਪਾਣੀ ਹੁੰਦਾ ਨਾ, ਉਹਦੇ ਨਾਲ ਮੈਂ ਵਰਤ ਲੈਂਦੀ ਹਾਂ, ਰੋਟੀ ਬਣਾ ਲੈਂਦੀ ਹਾਂ। ਅਤੇ ਜਿਹੜਾ ਪੀਣ ਵਾਲਾ ਪਾਣੀ ਆ, ਉਹ 2 ਬੋਤਲਾਂ ਭਰ ਕੇ ਬਾਹਰੋਂ ਲੈ ਆਉਂਦੇ ਆ ਹੈਂਡ ਪੰਪ ਤੋਂ, ਅਤੇ ਬਸ ਖਾਣਾ ਖਾ ਲਈ ਦੋ ਦਿਨ, ਸਵੇਰੇ ਫਿਰ ਦਿਨ ਚੜ੍ਹਦਾ। 4:30 ਵਜੇ ਉੱਠਣੀ ਆ, ਫਿਰ ਪਾਣੀ ਭਰਨ ਲੱਗ ਜਾਂਦੀ ਹਾਂ, 5:30 ਵੱਜ ਜਾਂਦੇ ਨੇ। ਫਿਰ ਮੈਂ ਸਕੂਲ ਵੀ ਜਾਣਾ ਹੁੰਦਾ, ਉੱਥੇ ਵੀ ਟਾਈਮ ਨਾਲ ਪਹੁੰਚੋ, ਉੱਥੋਂ ਵੀ ਫਿਰ ਬੋਲਦੇ ਆ ਤੁਸੀਂ ਟਾਈਮ ਨਾਲ ਨਹੀਂ ਆਉਂਦੇ ਹੈਗੇ। ਪਰ ਉਹਨਾਂ ਨੂੰ ਕਿਸੇ ਦੀਆਂ ਮਜਬੂਰੀਆਂ ਕੀ, ਕੋਈ ਜਾਣੇ ਕਿਸੇ ਦੀ ਮਜਬੂਰੀ ਕੀ ਹੈ? ਬਿਲਕੁਲ, ਕਿਸੇ ਦੀ ਮਜਬੂਰੀ ਕੀ ਹੈ, ਬੜੀ ਵੱਡੀ ਗੱਲ ਕਹੀ ਹੈ ਕਿ ਜਿਸ ਸ਼ਾਹੂਕਾਰ ਕੋਲ ਪੈਸਾ ਵਾ, ਉਸਨੂੰ ਪਤਾ ਕੀ ਹੋਏਗਾ ਕਿ ਗਰੀਬ ਦੀ ਕੀ ਮਜਬੂਰੀ ਹੈ, ਗਰੀਬ ਕਿੰਨਾ ਕੁ ਮਜ਼ਬੂਰ ਆ, ਕਿ ਜਿਹੜਾ ਲੇਟ ਆ ਰਿਹਾ ਵਾ ਕਿੰਨਾ ਕੁ ਮਜ਼ਬੂਰ ਆ। ਪਰ ਉਹ ਵੀ ਕਿਤੇ ਨਾ ਕਿਤੇ ਆਪਣੀ ਗੱਲ 'ਤੇ ਠੀਕ ਨੇ ਕਿ ਜਿਨ੍ਹਾਂ ਨੂੰ ਕੋਲ ਕੰਮ ਕਰਦੇ ਨੇ ਉਹ ਅਜਿਹਾ ਨਹੀਂ ਸੋਚਦੇ ਕਿ ਅਗਲੇ ਦੀ ਕੀ ਮਜ਼ਬੂਰੀ ਆ। ਉਸ ਨੂੰ ਆਪਣੇ ਕੰਮ ਨਾਲ ਭਾਵ ਆ ਕਿ ਮੇਰੇ ਕੋਲ ਇੰਨੇ ਪੈਸੇ ਲੈਂਦੇ ਆ, 9 ਵਜੇ ਆਉਣਾ ਵਾ, ਉਹਨਾਂ ਨੂੰ ਇਸ ਚੀਜ਼ ਨਾਲ ਮਤਲਬ ਆ। ਮਤਲਬ ਨਲਕਾ ਖਰਾਬ ਹੋਇਆ ਕਿੰਨੀ ਦੇਰ ਹੋਈ, ਇਹ ਠੀਕ ਕਿਉਂ ਨਹੀਂ? ਕਿਸੇ ਨੇ ਮੁਹੱਲੇ ਵਾਲਾ ਵੀ ਨਹੀਂ ਕੋਈ ਅੱਗੇ ਆਇਆ, ਕਿਸੇ MC ਨੂੰ ਕਹਿਣਾ ਸੀ ਕਿ ਮੇਰਾ ਠੀਕ ਹੀ ਕਰਾ ਦਿਓ ਨਲਕਾ? ਕਰਵਾਉਂਦਾ, ਅਸੀਂ ਕਿਹਾ ਵੀ ਸੀ ਨਲਕੇ ਵਾਲੇ ਨੂੰ ਕਿ ਪੁੱਟ ਕੇ ਬੋਕੀ ਲਿਆਂਦੀ ਹੈ, ਬੋਕੀ ਪਾਈ ਉਹਨੇ, ਥੋੜ੍ਹਾ ਚਿਰ ਚੱਲਿਆ ਵੇ, ਉਸ ਤੋਂ ਬਾਅਦ ਪਤਾ ਨਹੀਂ ਇਹਨੂੰ ਗੇੜਿਆ ਅਤੇ ਫਿਰ ਪਾਣੀ ਨਹੀਂ ਆਇਆ ਹੈਗਾ। ਜੇ ਅਸੀਂ ਨਲਕੇ ਵਾਲੇ ਨੂੰ ਕਿਹਾ ਹੈ ਕਿ ਤੁਸੀਂ ਨਲਕਾ ਵੇਖੋ,
ਉਹ ਬਸ ਕਹਿੰਦਾ ਮੈਂ ਨਹੀਂ ਕਰਨਾ ਹੈਗਾ, ਬਸ ਉਹਨੇ ਇਹੋ ਹੀ ਜਵਾਬ ਦਿੱਤਾ। ਇਹ ਬਾਹਰ ਵੀ ਗਏ ਸੀ ਗਾਂਧੀ ਚੌਂਕ, ਉੱਥੇ ਵੀ ਗਏ ਤੇ ਉੱਥੇ ਵੀ ਕੋਈ ਨਹੀਂ ਮਿਲਿਆ। ਹੋਰ ਫਿਰ ਅਸੀਂ ਇਹ ਗਏ ਹੀ ਨਹੀਂ ਹੈਗੇ, ਫਿਰ ਕਿਹਨੂੰ ਕਹਿਣਾ ਸੀ। ਹੁਣ ਜਿਸ ਤਰ੍ਹਾਂ ਇਹਨਾਂ ਦੀ ਗੱਲ ਕਰੀਏ, ਇਹਨਾਂ ਨੂੰ ਕਿੰਨੀ ਕੁ ਦੇਰ ਤੋਂ ਜਿਹੜਾ ਦਿਖਾਈ ਘੱਟ ਦੇ ਰਿਹਾ? ਇਹਨਾਂ ਦੀ ਕਾਫੀ ਦੇਰ ਹੋ ਗਈ ਜੇ, ਤੇ ਅੱਖ ਫਿਰ ਬਣਵਾਈ ਸੀ। ਇੱਕੋ ਡਾਕਟਰ ਕਹਿੰਦੇ ਸੀ ਕਿ ਇਹਨਾਂ ਦੀ ਅੱਖ ਨਹੀਂ ਬਣਨੀ, ਪਰ ਜੋਤੀ ਪ੍ਰਕਾਸ਼ ਵਾਲਿਆਂ ਨੇ ਇਹਨਾਂ ਦੀ ਇੱਕ ਅੱਖ ਬਣਾ ਤੀ ਸੱਜੀ, ਉਹਦੇ ਵਿੱਚੋਂ ਹੀ ਥੋੜ੍ਹਾ ਜਿਹਾ ਦਿਸਦਾ ਹੈ ਅਤੇ ਦੂਸਰੀ 'ਚੋਂ ਨਹੀਂ ਦਿਸਦਾ ਹੈਗਾ। ਅਤੇ ਬਸ ਕਹਿੰਦੇ ਮੈਂ ਕੰਮ ਕਰਨਾ ਹੈ, ਮੈਂ ਜਾਣ ਨਹੀਂ ਦਿੰਦੀ। ਮੈਂ ਸੱਟਾਂ ਲਵਾ ਕੇ ਆ ਜਾਓ, ਮੇਰੇ ਵਾਸਤੇ ਮੁਸੀਬਤ ਹੈ। ਅਤੇ ਮੈਂ ਕਿਹਾ ਨਹੀਂ ਜਾਣਾ, ਮੈਂ ਕਰਨੀ ਆ ਨਾ ਪਈ। ਉਸੀ ਉਸੇ ਵਿੱਚ ਹੀ ਜਿਸ ਤਰ੍ਹਾਂ ਪਰਮਾਤਮਾ ਨੇ ਸਾਨੂੰ ਰੱਖਿਆ ਸੀ ਉਸੇ ਰਜਾ ਵਿੱਚ ਹੀ ਰਹਿਣਾ, ਉਹਦੇ ਵਿੱਚ ਹੀ ਟਾਈਮ ਪਾਸ ਕਰਨਾ। ਮਤਾ ਇੱਕ ਗੱਲ ਸੱਚ ਦੱਸੀ ਮੈਨੂੰ, ਹੁਣ ਤਾਂ ਤੁਸੀਂ ਰੋਏ, ਸਵੇਰ ਤੋਂ ਲੈ ਕੇ 28 ਸਾਲ ਹੋ ਗਏ ਤੁਹਾਡੇ ਬੱਚੇ ਨੂੰ ਗਿਆ, 28-29 ਸਾਲ ਤੁਸੀਂ ਦੱਸਿਆ ਹੋ ਗਿਆ, ਤੁਹਾਡੀਆਂ ਅੱਖਾਂ ਵੀ ਨੀਲੀਆਂ ਹੋ ਗਈਆਂ, ਕਿੰਨੇ ਵਾਰੀ ਦਿਹਾੜੀ 'ਚ ਰੋਂਦੇ ਹੋ ਤੁਸੀਂ? ਮੈਨੂੰ ਆਪ ਖੁਦ ਨੂੰ ਨਹੀਂ ਪਤਾ, ਮੈਂ ਸਿਰਫ ਸਕੂਲ ਜਾਂਦੀ ਹਾਂ, ਉੱਥੇ ਬੱਚਿਆਂ ਨੂੰ ਦੇਖ ਕੇ ਮੇਰਾ ਮੈਨੂੰ ਚੈਨ ਆ ਜਾਂਦਾ, ਮੈਨੂੰ ਖੁਸ਼ੀ ਮਿਲ ਜਾਂਦੀ ਹੈ। ਜਦੋਂ ਮੈਂ ਘਰ ਆ ਜਾਂਦੀ ਹਾਂ ਫਿਰ ਉਹੀ ਹਾਲ ਹੋ ਜਾਂਦਾ। ਪਤਾ ਨਹੀਂ ਮੈਂ ਦਿਨ 'ਚ ਕਿੰਨਾ ਕੁ ਰੋਂਦੀ ਹਾਂ। ਮੈਨੂੰ ਉੱਥੇ ਵੀ ਕਹਿੰਦੇ ਨੇ, ਕਹਿੰਦੇ ਤੂੰ ਚੁੱਪ ਚੁੱਪ ਕਿਉਂ ਰਹਿੰਦੀ ਹੈ? ਮੈਂ ਕਿਹਾ ਮੈਂ ਤੁਹਾਨੂੰ ਕੀ ਦੱਸਾਂ, ਮੈਂ ਕਿਉਂ ਚੁੱਪ ਰਹਿੰਦੀ ਹਾਂ? ਮੈਂ ਕਿਹਾ ਬਸ ਇੱਕ ਤਾਂ ਜੋ ਮੈਨੂੰ ਰੱਖਿਆ ਠੀਕ ਹੈ, ਪਰ ਮੈਂ ਇੱਥੇ ਆ ਕੇ ਬੱਚਿਆਂ ਨੂੰ ਦੇਖ ਕੇ ਮੇਰਾ ਮਨ ਖੁਸ਼ ਹੋ ਜਾਂਦਾ। ਜਦੋਂ ਮੈਨੂੰ ਬੱਚੇ ਮਿਲਾਉਂਦੇ ਨੇ ਮੈਂ ਕਹਿੰਦੀ ਹਾਂ ਇਹ ਮੇਰਾ ਬੇਟਾ ਹੈ। ਕੋਈ ਗੱਲ ਨਹੀਂ ਮਾਤਾ, ਕੋਈ ਬੇਟਾ ਬਣੇਗਾ ਹੀ ਤੇਰਾ, ਬਣੇਗਾ ਬੇਟਾ ਤੇਰਾ। ਦਰਸ਼ਕ ਬੜੇ ਮਿਹਰਬਾਨ ਨੇ, ਦੇਖ ਰਹੇ ਨੇ, ਕੋਈ ਬੇਟਾ ਬਣੇਗਾ ਤੇਰਾ, ਤੇਰਾ ਵੀ ਕੋਈ ਸਹਾਰਾ ਬਣੇਗਾ ਬੁਢਾਪੇ ਦੇ ਵਿੱਚ ਆ ਕੇ, ਕਿ ਤੇਰਾ ਵੀ ਕੋਈ ਸਹਾਰਾ ਬਣੇਗਾ ਤਾਂ ਜੋ ਤੁਹਾਡਾ ਦੋਨਾਂ ਦਾ ਵੀ ਜਿਹੜਾ ਜੀਵਨ ਜਿਹੜਾ ਸੁਖਾਲਾ ਹੋ ਸਕੇ ਥੋੜ੍ਹਾ ਜਿਹਾ। ਹੁਣ ਜੇ ਇਸ ਤਰ੍ਹਾਂ ਮੁਹੱਲੇ ਦੇ ਜਿੱਦਾਂ ਮੋਹਦਵੇਰ ਹੁੰਦੇ ਆ, ਨਲਕਾ ਹੋ ਗਿਆ, ਪਾਣੀ ਇੰਨੀ ਦੂਰੋਂ ਲੈ ਕੇ ਆਉਂਦੇ ਹੋ, ਮੁਹੱਲੇ ਦੇ ਵਿੱਚ ਇੰਨੇ ਘਰ ਆ, ਕਿਸੇ ਦੇ ਘਰੋਂ ਵੀ ਲੈ ਸਕਦੇ ਹੋ ਤੁਸੀਂ? ਕੋਈ ਨਹੀਂ ਕਹਿੰਦਾ, ਕੋਲ ਪਾਣੀ ਭਰਨੇ ਆ, ਕਿਸੇ ਨੇ ਕਦੀ ਵੀ ਨਹੀਂ ਕਿਹਾ ਕਿ ਐਡੀ ਦੂਰੋਂ ਤੁਸੀਂ ਪਾਣੀ ਭਰਨ ਜਾਂਦੇ ਹੋ, ਇੱਥੋਂ ਪਾਣੀ ਭਰ ਲਓ ਨਾ। ਇੱਕ ਗਲੀ ਦੇ ਵਿੱਚ ਇੱਕ ਘਰ ਹੈ, ਪਿੱਛੇ ਜੀ ਵੀ ਅਸੀਂ 6 ਮਹੀਨੇ ਪਾਣੀ ਭਰਿਆ ਸੀ, ਪਰ ਉਹਨਾਂ ਨੇ ਕਦੀ ਨਹੀਂ ਸੀ ਕਿਹਾ। ਇਹਨਾਂ ਨੇ ਲੰਘ ਕੇ ਜਾਣਾ, ਇਹਨਾਂ ਨੇ ਕਦੀ ਨਹੀਂ ਕਿਹਾ ਕਿ ਪਾਣੀ ਤੁਸੀਂ ਐਡੀ ਦੂਰੋਂ ਲੈਣ ਜਾਂਦੇ, ਇੱਥੋਂ ਭਰ ਲਓ। ਕੀ ਫਾਇਦਾ ਫਿਰ ਲੋਕਾਂ ਦੇ ਲੰਗਰ ਲਾਉਣ ਦਾ, ਛਪੀਲਾ ਲਾਉਣ ਦਾ? ਪਰ ਉਹ ਲੰਗਰ ਹੈ, ਉਹ ਲੰਗਰ ਹੈਗਾ, ਲੰਗਰ ਵਿੱਚ ਤਾਂ ਵੱਧ ਚੜ੍ਹ ਕੇ ਹਿੱਸਾ ਲੈਣਗੇ, ਪਰ ਨਹੀਂ ਪਾਣੀ ਨਹੀਂ ਦੇਣਾ ਉਹਨਾਂ ਨੇ। ਇੱਕ ਗਰੀਬ ਅੱਜ ਪਾਣੀ ਤੋਂ ਮੁਹਤਾਜ ਆ, ਜੇ ਅੱਜ ਕੋਈ ਗਰੀਬ ਪਾਣੀ ਨੂੰ ਤਰਸ ਰਿਹਾ ਵਾ, ਇਹ ਗਰਮੀ ਦਾ ਮੌਸਮ ਆ, ਜੇਕਰ ਕੋਈ ਪਾਣੀ ਲਈ ਕਹਿ ਦੇਗਾ ਕਿ ਭਰ ਲਓ ਤਾਂ ਕੀ ਹੋ ਜਾਣਾ ਵਾ? ਆਪਣਾ ਵੀ ਪਾਣੀ ਕਿੰਨਾ ਕਿੰਨਾ ਵੇਸਟ ਕਰਦੇ ਹਾਂ। ਪਰ ਇਹ ਤਾਂ ਉਹਨਾਂ ਨੂੰ ਚਾਹੀਦੇ ਨੇ, ਐਡੀ ਦੂਰੋਂ ਭਰ ਕੇ ਲਿਆਉਂਦੇ ਆ ਅਤੇ ਕੀ ਹੈ, ਪਾਣੀ ਹੈ ਨਾ ਇੱਕ, ਉਹਨਾਂ ਦੇ ਉਹਨਾਂ ਦੀਆਂ ਮੋਟਰਾਂ ਚੱਲਦੀਆਂ ਨੇ, ਉਹਨਾਂ ਨੂੰ ਬਿੱਲ ਆਉਂਦਾ ਹੈ। ਪਰ ਇਸ ਕਰਕੇ ਕਹਿੰਦੇ ਹੋਣਗੇ ਹਰੇ ਕਿੰਨਾ ਕੁ ਪਾਣੀ ਭਰਨਾ ਹੈ, ਤੁਹਾਨੂੰ ਕਿਸੇ ਨੇ ਕਿਹਾ ਵੀ ਸੀ ਕਿ ਉਹਨਾਂ ਦੇ ਘਰੋਂ ਪਾਣੀ ਭਰ ਲਓ? ਅਸੀਂ ਕਿਹਾ, ਉਹਨਾਂ ਨੂੰ ਕਹਿ ਕੇ ਵੀ ਗਏ ਨੇ ਕਿ ਇਹਨਾਂ ਨੂੰ ਪਾਣੀ ਦੇ ਦਾ, ਕਹਿੰਦੇ ਅਸੀਂ ਕੋਈ ਮਨਾ ਥੋੜ੍ਹਾ ਕੀਤਾ ਹੈਗਾ ਹੈ, ਅਤੇ ਪਰ ਮਨਾ ਕੀ ਕਰਨਾ, ਉਹਨਾਂ ਨੇ ਤਾਂ ਕਦੀ ਦਰਵਾਜ਼ਾ ਨਹੀਂ ਖੋਲ੍ਹਿਆ, ਅਤੇ ਪਾਣੀ ਅਸੀਂ ਕਿੱਥੋਂ ਭਰਨਾ? ਕੋਈ ਗੱਲ ਨਹੀਂ, ਅਸੀਂ ਉੱਥੋਂ ਬਾਜ਼ਾਰੋਂ ਉੱਥੋਂ ਲੈ ਆਉਂਦੇ ਹਾਂ ਪਾਣੀ, ਕਾਦੀ ਹੱਟੀਆਂ ਜਾ ਕੇ ਭਰ ਲਈਦਾ ਪਾਣੀ, ਕੀ ਕਰਨਾ, ਟਾਈਮ 'ਤੇ ਪਾਸ ਕਰਨਾ ਅਸੀਂ ਆਪਣਾ, ਗੁਜ਼ਾਰਾ ਤਾਂ ਕਰਨਾ ਹੀ ਹੈ। ਬਜ਼ੁਰਗੋ ਅੱਜ ਵੇਖੋ, ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ 4 ਮਹੀਨੇ ਦਾ ਬੇਟਾ ਸੀ ਜੋ ਡੈਥ ਹੋ ਗਈ, ਅੱਜ ਜੇਕਰ ਉਹ ਬੇਟਾ ਤੁਹਾਡੇ ਕੋਲ ਹੁੰਦਾ, ਤੁਹਾਨੂੰ ਇੰਨੀਆਂ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ, ਠੋਕਰਾਂ ਨਹੀਂ ਹੀ ਖਾਣੀਆਂ ਪੈਂਦੀਆਂ। ਉੱਥੇ ਵੀ ਸਕੂਲ ਵੀ ਜਾਂਦੇ ਹਾਂ, ਉੱਥੇ ਵੀ ਲੋਕ ਬੋਲਦੇ ਆ, ਜੇ ਘਰ ਜੇ ਆਂਢ ਗੁਆਂਢ ਵੀ ਜੇ ਕੋਈ ਗੱਲਬਾਤ ਹੋ ਜਾਂਦੀ ਹੈ ਉਹ ਵੀ ਇਸ ਤਰ੍ਹਾਂ ਮਿਹਨੇ ਮਾਰਦੇ ਆ, ਪਰ ਕੀ ਕਰੀਏ, ਜਾਂ ਸਾਡੇ ਕਰਮਾਂ 'ਚ ਕੋਈ ਔਲਾਦ ਹੀ ਨਹੀਂ, ਲੋਕਾਂ ਨੂੰ ਇਹ ਚਾਂਸ ਮਿਲ ਗਿਆ ਗੱਲਾਂ ਕਰਨ ਦਾ, ਪਰ ਕੀ ਕਰੀਏ, ਸਾਡੀ ਕਿਸਮਤ ਬਹੁਤ ਹੀ ਖੋਟੀ ਹੈ। ਸਾਡੇ ਵਰਗੀ ਕਿਸਮਤ ਖੋਟੀ ਕਿਸੇ ਦੀ ਵੀ ਨਾ ਹੋਵੇ, ਜਿਸ ਤਰ੍ਹਾਂ ਦੀ ਕਿਸਮਤ ਸਾਡੀ। ਬਾਕੀ ਕੁਛ ਤਾਂ ਜ਼ਿੰਦਗੀ ਨਿਕਲ ਗਈ, ਬੱਚੀ ਖੁਚੀ ਵੀ ਜ਼ਿੰਦਗੀ ਸਾਡੀ ਨਿਕਲ ਜਾਣੀ ਹੈ, ਇਸ ਤਰ੍ਹਾਂ ਹੀ ਅਸੀਂ ਟੁਰ ਜਾਣਾ ਫਿਰ ਬਸ। ਪੈਨਸ਼ਨ ਲੱਗੀ? ਪੈਨਸ਼ਨ ਨਹੀਂ ਲੱਗੀ ਜੀ, ਪੈਨਸ਼ਨ ਨਹੀਂ ਲੱਗੀ ਉਹਨਾਂ ਦੀ ਵੀ ਨਹੀਂ। ਉਹ ਹੀ ਬਸ ਸਹਾਰਾ ਕਲੱਬ ਵਾਲਿਆਂ ਦੀ 500 ਰੁਪਈਆ, ਉਹ ਹੀ ਉੱਥੋਂ ਮਿਲਦੀ ਪੈਨਸ਼ਨ। ਜਿਸ ਤਰ੍ਹਾਂ ਹੁਣ ਅਸੀਂ ਤੁਹਾਡੇ ਘਰ ਛੱਤਾਂ ਦੇ ਵੀ ਹਾਲ ਵੇਖੇ ਆ, ਜਦੋਂ ਰਾਤ ਨੂੰ ਤੁਸੀਂ ਸੌਂਦੇ ਹੋ ਇੱਥੇ, ਡਰ ਨਹੀਂ ਲੱਗਦਾ ਕਿ ਉੱਪਰ ਨਾ ਆ ਜਾਏ? ਡਰ ਲੱਗਦਾ ਹੈ ਕਿਤੇ ਛੱਤ ਸਾਡੇ, ਅਸੀਂ ਉਰੇ ਇਸ ਤਰ੍ਹਾਂ ਹੀ ਮਰ ਜਾਣਾ, ਛੱਤ ਸਾਡੇ ਉੱਤੇ ਡਿੱਗ ਗਈ ਸੀ। ਅਸੀਂ ਪਹਿਲਾਂ ਕੋਠੇ 'ਤੇ ਸੌਂਦੇ ਸੀ,
कोठे की छत माड़ी ही नहीं थले आ गया। यह भी हूँ इस तरह की हो गई, कोई पता है? कोई पता नहीं। अज असी सोना सवेरे असी उठना कि नहीं उठना, ये तो हूँ उस मालिक नूं ही पता, बस होर किसी नूं नहीं, मैनू भी नहीं पता। बिल्कुल जी, सवाल है इन्हां वास्ते बड़े वड्डे अगे गरीबां वास्ते कि आखिर गुजारा इन्हां दा होएगा किदां, जेकर महल्ले दा मोहदवेर, महल्ले दे शाहूकार, जां महल्ले दे गल करिए सूबे दीआं सरकारां जां प्रशासन अधिकारी किसी की भी गल करिए, जेकर इन्हां लोकां दीआं गरीबां दीआं जेकर अजिहे लोक बातां नहीं पुछणगे ते गरीब किस तरह जाए। जिस टाइम स्टोरी फ्लैश हुंदी आ उस टाइम अक्सर कई बार देखने कि कमेंट बॉक्स के थले कमेंट वजे होंगे आ कि इन्होंने महल्ले का मोहदवेर मर गया। यह हालात आ, असी भी अपने दर्शकों फोटो साझिया करते हैं, असी भी मजबूर होंगे साझिया कर, जेकर उन्होंने कोई सहारा नहीं बनता तो अखीर फिर उन्होंने मीडिया याद आता कि वाकया ही एक बार असी अपना दुख किसी दसांगे, शायद कोई साढ़े लिए मसीहा बन के साढ़े अगे आए और साडा भी जीवन सुखाला करे। बजुर्ग है नाल इन्हों सिर दे साई, उन्होंने भी गल करन दी कोशिश करते हैं जे वो कर सकते हैं, क्योंकि उच्चा भी सुनते हैं तो थोड़ा जहा बोलते भी अखा तो भी घट दिखता वा, रोशनी नहीं है। गलबात करते हैं किस तरह के हालात ने, इन्होंने हालात हालात किदा दे बजुर्गो, जो पहला काम करते कि पैसे कमा लेंगे? बहुत गल सबका सस्ता है, दिहाड़ी पै नहीं माड़ी भी कम चलता है माड़ा मोटा, हम कम हो रहा है बंद है नजर कम कम कर छे। अज ताड़ी घर वाली जाके माँ हाड़ी काम करती है स्कूल च जाती है, तुहानू बड़ा दुख तो हुंदा होएगा कि मैं जे ठीक हुंदा तो मैं करता काम? बिल्कुल जी, बजुर्गां ने जिन्नी कु समझ आ उन्हां नूं उन्ना कु दस्सिया उन्होंने कि वाकया पहलां वेले चंगे सी, वेले सौखे सस्ते सौदे आ जांदे सी अते दो चार पैसे कमा के घर का गुजारा तो कर लईदा सी। पर इन्हां वास्ते एक बड़ी वड्डा एक सवाल आ, बड़ी वड्डी मुश्किल आ कि धी पुत कोई नहीं है, जेकर कोई धी पुत ही हुंदा शायद बजुर्गों का इस टाइम अखीरले समय इन्हां दा आण के कोई सहारा बनता। गलमत करते हैं उस समाज सेवी संजीव भसीन जी ना जिन्हां ने इस परिवार तक सानू मिलाया, इस परिवार के हालातों तो जाणू कराया ता जो असी अपने दर्शकों के अगे भी इस परिवार को लैके आए हैं कि वाकया ही इस परिवार को मदद की लोड़ आ। गलबात करते हैं संजीव भसीन जी ना कि किस तरह इन्हों परिवार का पता लगा अते कड़े हालात ने परिवार। हाँ जी नमस्कार सर, इस तरह जी हालात इन्हों दे साढ़े मोहल्ले दे विच ही ने, मैं पहला भी एम सी जेडे साढ़े पहले एक्स एम सी ने उन्हां नाल भी बड़ा जिक्र किया, साढ़े जेडे एम एल ए ने उन्हां नाल भी बड़ी बारी असी गलबात करते हाँ कि साड़ी गली दे विच सारे ठीक ने, सिर्फ इको ही घर हैगा वै जिथे मदद की लोड़ हैगी है। जेकर इतने 125 घर हैगा वै तो एक घर इस तरह का वै, ये जेडे बजुर्ग है इन्हां दी मदद लॉकडाउन च भी असी की सी, साढ़े नाल एक नाल होर भी जुड़े ने, मैं पहला भी तुहाडे नाल वार्तालाप किया वै, और जेडे पहले एम सी है उन्होंने कागज़ पत्र दिते ने और छत्तां दा जिहड़ा असी 1.5 लाख रुपया मिलता वै वह नहीं मिलिया, हुण भी इन्हां नूं कागज़ पत्र लई असी किया वै वह मिल जाएगा। नलका जिहड़ा हैगा वै देखो जी एक ना एक कहिंदे 11 होंदे ने, हुण मैं भी कल्ला समाज सेवक, जेकर असी मेरे नाल एक शब्द लाता समाज सेवक तो वो चलो तुहाडा बरपन हैगा वै ठीक है, तुसीं मैनूं इस लायक समझिया तो कहिंदे ने कि कल्ला बंदा भी नाल साथी लगन तो बहुत होंदा, जिदा तुसीं गल कीती है कि लंगर दी, लंगर दे विच सारे जी वो लंगर जिहड़ा होंदा वै वो खा के तो हाथ पिछे फेर के बंदे चल जांदे ने। ये जिहड़ी सेवा हैगी है ये सेवा हैगी है त्रिलोक सेवा नारायण सेवा जिहड़ी कि सानू लगातार ही करनी पैनी हैगी है, और इहदे लई सानू कुछ साथी चाहीदे ने, और भैन जी होरां ने वो नंबर भी दिता वै, और असी चाहते हैं कि इन्हां दा वो हालत सही होवे कि तां कि आंढ गुआंढ भी कोई इन्हां नूं परेशान ना करे। पर असी इत्थों तक खड़े है हैं कि असी जो तो इन्हां नाल गल करते हैं, भाई साहब नाल गल करदा रमेश नाल कि तैनू कोई भी मदद की लोड़ है तू मेरे घर आ, पानी इन्हां दा नहीं सी आंदा, मैं इन्हूं कहा है वै क्योंकि मैं घर बहुत घट आना वा ठीक है जी,
लोग समझन दे पता नहीं की गल है क्यों आते हैं की कारण है वह ये भाई भाई साहब बाहर खड़े होंगे ने इन्हों मैं उदों भी कहा मैं कहा चलो दो ढाई जिन्ना भी पैसा लगता दो ढाई हज़ार रुपया मैं लाने तैयार हाँ तुम एक बार कह रहे सही किसी ने मैं भी कहा सी पर नहीं आया बंदा तो वह गल इन्ना दे पर फिर भी असं बसीन साहब वो आने हालात च नहीं है जिस तरह के उन्होंने हालात वेखे बजुर्गों के कि आने हालात च नहीं है नलका पटा नहीं सकते क्योंकि ये सारा कुछ ही कोई अजिहे रब के बंदे करना पैना वा कि जिहड़ा इन्हां बजुर्गों की बात पुछ सके कोई लेबर वाला बंदा लवा के पटा क्योंकि आप तो कुछ नहीं कर सकते रही गल महल्ले की आप इन्होंने नहीं करना असी मिस्त्री भी कहा सी एक इतने बंदा हैगा वै उन्होंने इन्होंने भी किया इन्होंने भी उन्होंने कहा सी पर वो बोकी पा के चला गया जी इन्होंने गल कही बिल्कुल ठीक कही हैगी है असी इन्हों कहने कि तुम जिहड़ा भी मिस्त्री हैगा वा उन्होंने कह दो खर्चा असी देवे बाकी ये वेखांगे कि पाइपा पैंदियां किन्ना कि नहीं क्योंकि बहुत पुराना लगा रहा वा अगे भी ठीक ठूक कराया आंदे ने मदद कर दी थी यही नहीं गल नहीं हैगी सारा कला वाले भी कर रहे हैं ठीक है होर भी जितों भी कोई चीज़ जो भी होंदा वा अही कर देना पर जेकर अही कही आंढ गुआंढ इन्हां ने कोई मदद नहीं करता मेरा घर थोड़ी दूर हैगा वा और मैं जो नलका खराब होया मैं भाई साहब नूं कहा मैं मेरे घरों आण के पानी लै लिया करो कोई तुहानूं चिंता की लोड़ नहीं कोई दुख तकलीफ होंदी आ जाया करो हुण कल परसों कोई आए सी डीओ अपने एस डी ओ जिहड़े कि पाइपलाइन नसी पई दी हैगी वाटर की वो उपर मैं कंप्लेट की फिर उन्होंने इतने बंदे बुलाने पे और बुला के मिनती करके गए पर उहदे तों पहलां असी इह काम करना कि कोई महीना भर कित्थे रहणगे वाटर सप्लाई कदों पैनी कदों नहीं पैनी और मैं ये भी कहा मैं कहा चल यार असी ना कोई देखने कनैक्शन कितों तक हैगा असी उन्नी कु पाइप पा दें पानी इन्हां दे घर तक पहुँचे वह भी कोशिश कर रहे वा दो चौं दिन तक जाने की चौं पंजा दिन तक एक काम हो जाएगा इन्हों का बिल्कुल जी दर्शक देख रहे हैं कोई ना कोई रब का मसीहा रब का भेजा फरिश्ता जरूर तुहाडे नाल लगेगा अते इस परिवार की बात जरूर पुछेगा उस माता को असी उसका फोन नंबर जानते हैं जिस भी दानी वीर सज्जन ने इस परिवार तक पहुँच करनी हो इस माता के नंबर से सीधा संपर्क करके इस माता बजुर्ग के नाल गलबात कर सकता है उसकी मदद लिए अगे आ सकता है माता की नंबर 75-39-00-66-10 बिल्कुल जी माता का नंबर है 75-39-00-66-10 असी लगातार अपने चैनल पर भी फ्लैश करांगे इस नंबर नू जिस भी किसी दानी वीर एन आर आई वीर सज्जन ने इस परिवार की बात पूछनी इस बुजुर्ग जोड़े की इस बुजुर्ग माता की बुजुर्ग बाप की जिस भी वीर ने मदद करनी हो इस नंबर से सीधा संपर्क करके इस परिवार लई अगे आ सकता वा कैमरा परसन जसविंदर बेदी ना जितेंद्र कुंडल रंगला टीवी गुरदासपुर।